ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਸਾਰਿਆਂ ਦੇ? ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਅਸੀਂ ਵੀ ਬਹੁਤ ਵਧੀਆ ਹਾਂ। ਅਤੇ ਅੱਜ ਸਵੇਰੇ ਸਵੇਰੇ ਇੱਥੇ ਆ ਕੇ ਲੇਟ ਹੀ ਉੱਠਦੀ ਹਾਂ ਮੈਂ, ਜਲਦੀ ਨਹੀਂ ਉੱਠਦੀ ਹੈਗੀ। ਮੰਮੀ ਹੁਣੀ ਉਠਾਉਂਦੇ ਵੀ ਨਹੀਂ ਆ, ਅਤੇ ਮੈਂ ਰੋਟੀ ਰੋਟੀ ਖਾ ਕੇ ਨੀਚੇ ਉੱਪਰ ਆਈ ਮੰਮੀ ਭਾਂਡੇ ਮੰਮੀ ਕੱਪੜੇ ਧੋਣ ਦੇ। ਡੇ ਜੇ ਲੱਗੇ ਜੇ ਧੋਤੇ ਗਏ ਕਿ ਰਹਿੰਦੇ ਜੇ? ਇੰਨੇ ਕੁ ਰਹਿੰਦੇ ਆ ਜਾਣਾ। ਵੇਖ ਲਓ ਵੀ ਆ, ਸਾਡੀ ਮੰਮੀ ਅਜੇ ਵੀ ਹੱਥਾਂ ਨਾਲ ਕੱਪੜੇ ਧੋਂਦੇ ਨੇ। ਸਾਡੇ ਵਰਗੇ ਕਹਿੰਦੇ ਸਾਨੂੰ ਮਸ਼ੀਨਾਂ ਚਾਹੀਦੀਆਂ। ਸੁੱਕ ਜਾਣੇ ਉਹ ਜੋ ਪਿੰਡਾਂ ਵਾਲੀ ਰੂਟੀਨ ਵਧੀਆ ਹੈ ਨਾ। ਕਣਕਾਂ ਪੱਕ ਰਹੀਆਂ ਨੇ, ਵੇਖੋ ਬਈ ਪੀਲੀਆਂ ਪੀਲੀਆਂ ਹੋ ਗਈਆਂ, ਪਰ ਕਣਕਾਂ ਐਰਕਾਂ ਨਾ ਡਿੱਗੀਆਂ ਬਹੁਤ ਆ। ਉਹ ਨੂਰ ਡਿਆ ਕਿੰਨੀ ਦੂਰ ਆ। ਮੰਮੀ ਨਾਲੋਂ ਨਾਲ ਕੱਪੜੇ ਸੁੱਕਣੇ ਪਾ ਰਹੇ ਨੇ, ਅੱਧੇ ਇੱਥੇ ਖਿਲਾਰ ਦਿੰਦੇ, ਅੱਧੇ ਉੱਧਰ ਤਾਰ 'ਤੇ ਖਿਲਾ ਦਿੰਦੇ ਨੇ। ਇਸ ਟਾਈਮ ਦੀ ਧੁੱਪ ਅਜੇ ਚੁੱਭ ਨਹੀਂ ਰਹੀ, ਕਿਉਂਕਿ 8:30 ਟਾਈਮ ਹੋਇਆ। ਆਹੋ ਪਾਣੀ ਬਦਲਣਾ, ਚਲਦੇ ਆ ਨੀਚੇ, ਕਿਉਂਕਿ ਨੀਚੇ ਜਾ ਕੇ ਮੈਂ ਸਬਜ਼ੀ ਬਣਾਉਣੀ ਆ। ਮੰਮੀ ਕਹਿੰਦੇ ਮੈਂ ਕੱਪੜਿਆਂ ਦਾ ਕੰਮ ਕਰਨੀ ਆ, ਤੂੰ ਸਬਜ਼ੀ ਬਣਾ ਲੈ ਦੁਪਹਿਰ ਦੀ, ਅਤੇ ਮੈਂ ਹੁਣ ਸਬਜ਼ੀ ਬਣਾਉਂਦੀ ਹਾਂ। ਕਰਦੇ ਆ ਕੰਮ, ਬੜਾ ਵਧੀਆ ਲੱਗ ਰਿਹਾ ਯਾਰ। ਮਤਲਬ ਆਹ ਵਾਲੀ ਸਵੇਰ ਪਿੰਡਾਂ ਦੀ ਨਾ, ਇਹ ਬੜੀ ਅਲੱਗ ਜਿਹੀ ਫੀਲਿੰਗ ਦਿੰਦੀ ਆ। ਸਕੂਲ ਟਾਈਮ ਹਰ ਇੱਕ ਚੀਜ਼ ਯਾਦ ਕਰਾਉਂਦੀ ਹੈ ਇਹ ਵਾਲੀ, ਵਧੀਆ ਬੜੀ ਲਾਈਫ ਚੇਂਜ ਹੋ ਜਾਂਦੀ ਹੈ ਨਾ, ਸਾਰਾ ਕੁਛ ਚੇਂਜ ਹੋ ਜਾਂਦਾ। ਚਲੋ ਜਾਂਦੇ ਹਾਂ ਥੱਲੇ। ਸਾਡੇ ਪਿੰਡ ਇੱਕ ਮੁੰਡਾ ਹੈਗਾ, ਮਤਲਬ ਬਹੁਤ, ਜਦੋਂ ਮੈਂ ਇੱਥੇ ਹੀ ਹੁੰਦਾ ਸੀ, ਪਿੰਡ ਹੀ ਰਹਿੰਦਾ ਸੀ, ਉਦੋਂ ਦਾ ਖੇਡਦੇ ਖੂਡਦੇ ਹੁੰਦੇ ਸੀ ਇਕੱਠੇ, ਹੈ ਨਾ। ਉਹ ਮੁੰਡਾ ਗੱਡੀਆਂ ਦਾ ਕੰਮ ਕੁੰਮ ਕਰਦਾ, ਮਤਲਬ ਏਜੰਸੀ 'ਚ ਲੱਗਾ ਹੋਇਆ, ਜਿਵੇਂ ਡਰਾਈ ਕਲੀਨਿੰਗ ਵਗੈਰਾ। ਸੋ ਉਹਨੂੰ ਮੈਂ ਕਿਹਾ, ਮੈਂ ਕਿਹਾ ਆ ਜਾ ਯਾਰ ਗੱਡੀ ਦੀ ਡਰਾਈ ਕਲੀਨਿੰਗ ਕਰਾ ਦੇ ਅੰਦਰੋਂ, ਕਿਉਂਕਿ ਬਾਹਰੋਂ ਵੀ ਕਰਵਾਉਣੀ ਆਪਾਂ ਕਿਸੇ ਤੋਂ ਪੈਸੇ ਦੇਣੇ, ਹੈ ਨਾ, ਅਤੇ ਚੰਡੀਗੜ੍ਹ ਤੋਂ। ਇੱਥੇ ਵੀਰੇ ਨੇ ਦੱਸਿਆ ਮੈਨੂੰ, ਕਹਿੰਦਾ ਹੈ ਨਾ ਉਹ ਕਰਦਾ ਕੰਮ, ਉਹਨਾਂ ਨੂੰ ਬੁਲਾ ਲਿਆ। ਉਹ ਆਪਣਾ ਇਹ ਵੈਕਿਊਮ ਕਲੀਨਰ ਲੈ ਕੇ ਆਇਆ, ਹੁਣ ਗੱਡੀ ਮੰਦਰੋਂ ਸਾਰੀ ਡਰਾਈ ਕਲੀਨ ਕਰਾ ਲੈਣੀ, ਸੀਟਾਂ ਸੂਟਾਂ ਛੱਤ ਛੁੱਤ ਪੂਰੀ ਘੈਂਟ ਬਣ ਜਾਣੀ ਹੈ। ਸਰਵਿਸ ਕਰਾ ਲਈ, ਏ ਸੀ ਸਰਵਿਸ ਵੀ ਹੋ ਗਿਆ, ਬਸ ਇਹਦਾ ਇੱਕੋ ਚੀਜ਼ ਰਹਿ ਜਾਣੀ ਭਾਬੀ, ਸੈਰਮਿਕ ਕੋਟਿੰਗ, ਉਹ ਬਸ ਉਹ ਕਰਾ ਲੈਣੀ ਬਸ। ਪੁਰਾਣ ਨਹੀਂ ਕਹਿੰਦਾ, ਮੈਂ ਨਹੀਂ ਕਰਦਾ, ਉਹ ਹੋਰ ਬੰਦੇ ਹੁੰਦੇ ਨੇ, ਜੇ ਤਾਂ ਇਹਨੂੰ ਕਹਿ ਦੇਣਾ ਸੀ। ਇਹਨੇ ਡਰਾਈ ਕਲੀਨ ਕਰ ਦੇਣੀ ਗੱਡੀ, ਸੀਟਾਂ ਸੂਟਾਂ ਸਾਰੀਆਂ ਘੈਂਟ ਬਣਾ ਦੇਗਾ ਅੰਦਰੋਂ। ਬਸ ਹੁਣ ਮੈਂ ਬਸ ਉਹ ਕਰ ਲੈਣਾ ਇਹਨੂੰ ਜਾ ਕੇ, ਕੱਲ੍ਹ ਨਹੀਂ ਟਾਈਮ ਹੈਗਾ, ਮੈਂ ਦੇਖਾਂਗਾ ਜੇ ਪਰਸੋਂ ਸੈਰਮਿਕ ਕੋਟਿੰਗ ਵਾਸਤੇ ਦੇ ਆਵਾਂਗਾ, ਅਤੇ ਸ਼ਾਮ ਨੂੰ ਪਿੱਕ ਕਰ ਲਵਾਂਗਾ, ਠੀਕ ਨਹੀਂ। ਐਨ ਘੈਂਟ ਬਣਾ ਦੇਣੀ ਨਵੀਂ ਸ਼ਾਈਨ, ਸੈਰਮਿਕ ਕੋਟਿੰਗ ਨਾਲ ਐਨ ਪੂਰੀ ਸ਼ਾਈਨ ਵੱਜਦੀ ਹੈ, ਪੂਰੀ ਜਿਵੇਂ ਸ਼ੀਸ਼ੇ ਵਾਂਗੂ ਸ਼ਾਈਨ ਹੁੰਦੀ ਹੈ। ਬਾਕੀ ਸਾਰਾ ਕੁਝ ਓਕੇ ਆ, ਡਨ। ਬਸ ਹੁਣ ਆ ਰਿਹਾ, ਉਹ ਗਿਆ ਕਿਤੇ ਪਤਾ ਸਮਾਨ ਸਮੂਨ ਲੈਣ, ਕੁਛ ਭੁੱਲ ਆਇਆ ਸੀ, ਉਹ ਕਰੇਗਾ। ਸੀਟਾਂ ਭਾਵੀ ਬੜੀਆਂ ਗੰਦੀਆਂ ਨੇ ਇਹਦੀਆਂ, ਮੈਨੂੰ ਅੱਛੇ ਨਹੀਂ ਲੱਗਦੇ ਭਾਵੀ ਕਵਰ ਚੜ੍ਹਾਉਣੇ। ਆਹ ਦੇਖ ਕਿੰਨੀਆਂ ਮੈਲੀਆਂ ਹੋਈਆਂ ਸੀ ਸੀਟਾਂ, ਮੈਨੂੰ ਪਤਾ ਕਿਉਂ, ਮੈਨੂੰ ਇਹ ਨਾ ਸੋਫਟ ਰਹਿੰਦੀ ਸੀਟ, ਅਤੇ ਕੰਫਰਟੇਬਲ ਬੈਠਣ 'ਚ। ਕਵਰ ਚੜ੍ਹਾ ਲਈਏ, ਹੈ ਨਾ, ਮੇਰੇ ਕੋਲ ਪਏ ਵੀ ਨੇ, ਤੁਹਾਨੂੰ ਯਾਦ ਮੈਂ ਚੜ੍ਹਾਏ ਸੀ ਕਵਰ, ਮੈਂ ਉਤਾਰਤੇ ਸੀ, ਚੜ੍ਹੇ ਚੜ੍ਹਾਏ ਉਤਾਰਤੇ ਸੀ, ਉਹ ਪਏ ਨੇ ਕਰੇ। ਆਹ ਦੇਖ ਕਿੰਨੀ ਗੰਦੀਆਂ ਹੋਈਆਂ ਨੇ, ਉਹ ਦਾਗ ਦੂਗ ਜਿਹੇ ਵੀ ਲੱਗੇ ਹੋਏ ਨੇ ਅੰਦਰੋਂ, ਬਸ ਇਹ ਸਾਫ਼ ਹੋ ਜਾਏਗੀ ਸਾਰੀ ਅੰਦਰੋਂ। ਹਾਂ ਕੀ ਦਿਖਾਉਣੀ ਹੈ, ਕਿਹੜੀ ਹਾਸੇ ਵਾਲੀ, ਕਿਹੜੀ ਹਾਸੇ ਵਾਲੀ ਵੀਡੀਓ? ਹੈਂ ਅੱਛਾ, ਹਾਂ ਕਿਹੜੀ ਦਿਖਾਉਣੀ, ਦਿਖਾ। ਅੱਛਾ ਕੀ ਕਰ ਰਹੀ ਹੈ, ਐਨਕ ਲਗਾ ਕੇ
ਐਨਕ ਲਗਾ ਕੇ ਟੈਂਪਰੇਚਰ ਦੇ ਲਾਈ ਹੋਈ ਸੀ ਤੇ ਥਰਮਾਮੀਟਰ ਲਾਇਆ ਹੋਇਆ ਕਿਉਂ ਥਰਮਾਮੀਟਰ ਕਿਉਂ ਲਾਇਆ ਟੈਂਪਰੇਚਰ ਚੈੱਕ ਕਰਨਾ ਤੈਨੂੰ ਬੁਖਾਰ ਹੈ ਨਹੀਂ ਵੈਸੇ ਦੇਖ ਰਿਹਾ साफ है यार एक बस ऐसा ही चलता रहना था कितना गंद ज्यादा ही साफ है पता की यार मुंडे लाए होंगे ना गड्डी धोने वाले उ बारों बारह साफ मार जाते हैं फिर कभी लोड़ नहीं पैंती धोने की एवं लगता साफ ही है हफ्ते च एक अद्धे बारी अंदरों धो जाते हैं ट्रैक्टर नूं बाहर ही खड़ा करना पैना नवा निकल आना यार सुनी गड्डी बड़े चिर बाद कराई नहीं कदम ड्राई क्लीन कदम कराई नहीं पहली बार हो रही है पहली बार हो रही तू आंदा सी बस मैं नहीं वो ना यार जो मुंडा लाया ना गड्डी धोने वास्ते वो पता की करते हैं धो तो जाते हैं बाहरों उपर उपर धो तो जाते हैं हफ्ते एक बार अंदरों धोते हैं माड़ी मोटी साफ करते हैं यार उन्होंने नाथ मार लेंगे गड्डी का सही गल है सारिया टाकिया खराब हो रही इंडिया सोरा जम रहा सारा वो नाथ मार देंगे ना गड्डी का अपना कह तो नहीं ना भी सस्ते घर आके कर जाते हैं पता की वो पता की उन्होंने करवाई रखो पर पंद्रह के दिन बाद दस पंद्रह दिन बाद चंगी तरह बाहरों भी वॉश करा लेनी चाहिए ये भी ठीक है पता की है ज्यादा ना तो ना सिर्फ ड्राई वॉश करा दे सूखे दो ही ना करा दे हल्का हल्का पानी मार दे पानी का पैप ना पानी मार दे नहीं पैप नहीं मार दे वो गिल्ला कपड़ा गिल्ला सूखा दे मार देने बस गड्डी पूरी ड्राई क्लीन हो गई भाई कह के क्या कहना शीशे थोड़े जे खुले रख के सुकनी चाहिए चीज हरे सीटा गिलिया ने सवेरे धुप लवानी एक सीट बाहर ही रखती है होगी घेंट चीज हम सवेरे सवेरे जाने तो पहले धुप लो कर रहे बंद कर दे धुप लवा लेनी है गड्डी एन ओके बस हम कुछ नहीं कराने का वो कहने कोटिंग ना कराई क्यों कोटिंग जे कराएगा जो बंदा धोना आता गड्डी उन्हें उतार देनी सारी की कर रहे हैं कम से कम दो दंद दिखा रहे हैं चूहे वाले हैं दुद्ध मेरी जगह रजिस्ट्री करा ली मेरे ने पक्की ओ हो मैं आ गया जी पिंडो कल मैं गड्डी की ट्राई क्लीनिंग करा ली सी कंप्लीट एन वधिया हो गई गड्डी ट्राई क्लीन अपनी अंदरों मेन सी भी गड्डी की सीटा थोड़ा खराब हो गया सी तो हूँ ड्राई क्लीन होगी साफ सुथरी होगी आटा लैके आया लफाफे के पा के थैले जे थोड़ा जहा टक्की कहते हैं आँधे चक्की आयो आना ये ना सैड तो खुलिया हुआ है हाँ जी मैं आने सैड तो खुलिया हुआ है चट फिर मैनू ना पता नहीं मैं कितने रखा इनू मैं इदा फोल्ड करके ये उपर आह चीज़ रखती है मैं कोई कीड़ी कूड़ी ना बड़ी अंदर सकीनी जाना तो लगी भी हूँ थोड़ी जी भुख रोटी खाने का मन नहीं बिल्कुल भी मन नहीं है रोटी खाने का मैं लगता मैं फिर कोई लेज लूज लिया पैने ने तो आराम में बैठ के मैं टीवी देखता है ना सवेर का ना मैं जो आया ना पहला मेरी मीटिंग से अज का दिन इन्ना गंदा रहा ना गंदा नहीं कहना हैक्टिक रहा सवेरे पिंडों निकलिया फिर राजपुरे किसी मिलना सी उत्थे राजपुरे रुकिया उत्थे मिल के बइयां नूं किन्नी देर खासी देर उत्थे लग गए फिर आया मोहाली मोहाली उधर जिधर हॉलीवुड बनया होया उधरली सैड 82 सैक्टर हाँ 82 सैक्टर
उधर बहुत ज़्यादा टाइम लग गया, मेरे 2-2.5 घंटे खराब हो गए है ना, किसी को मिलना से उत्ते भी। उस तो बाद मैं आया कटिंग करानी सी, बाई को गया कटिंग वटिंग करा के घर आया, पेंट भी करना सी फिर फिर पेंट किया मूँह थोड़ा जहा ज़्यादा लग गया इधर कदर। फोन आया मैं फोन पर लगा हुआ ध्यान नहीं दिता भी ज़्यादा देर लगा हुआ, पेंट लग गया मूँह। उस तो बाद आंदे ही 1/2 घंटे बाद फिर क्लासिस स्टार्ट हो गई मेरी, फिर क्लासिस लगा के हूँ फ्री होया मैं। तो नहीं 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 क्लास तो बाद एक मेरा स्टूडेंट हैगा मुंडा आतिश, तो वह गाना बनाया से आप एक कप ऑफ टी कवर किया गाने का, बहुत सोहना गाना गाया भी सोहना है वह गाना बनाया से। फिर वो वीडियो जी शूट करनी सी, चलो वीडियो शूट करते रहे खासी देर, वीडियो शूट करके एडिटिंग डूटिंग करके फाइनल करके देता भी कल आप पा देंगे वह गाना है ना, अच्छा गाना बहुत प्यारा गाना बनया, तो वो रील्स रूल्स भी पावे है ना। तो उधर बिजी हो गया, कहता चलो सर आप चलीए रोटी रूटी खाण, मैं रोटी खाने का यार मन है नहीं, मेरा दिल कर रहा मैं जूस पीव जाके या दुध लिया के मैं कोल्ड कॉफ़ी पीव, कोल्ड कॉफ़ी वाला आइडिया वैसे ज़्यादा बैटर है जूस नो भी, दुध का पैकेट लेने कोल्ड कॉफ़ी ना लेस खा लें, किरण हो गए तो लेस बिल्कुल नहीं खाने देने, हाँ हाँ नज़ारे लें लेस दे 2 दिन होर ने, कल नहीं परसों आना है किरण ने, उस तो पहला मैं जिन्नी लेस खा ला तो बस आई है जी हूँ।